ਪਹਿਲਾਂ ਤਾਂ ਕਹਿੰਦੇ ਤੇ ਕੁਛ ਨਹੀਂ ਹੈ, ਗਾਣੇ ਗੂਣੇ 'ਚ ਤੁਹਾਨੂੰ ਪਤਾ ਹੀ ਆ, ਘਰਦਿਆਂ ਕਹਿੰਦੇ ਔਖਾ ਹੀ ਹੁੰਦਾ। ਫਿਰ ਹੌਲੀ ਹੌਲੀ ਜਦ ਮੈਂ ਆਇਆ ਵਾਇਸ ਔਫ ਪੰਜਾਬ 'ਚ, ਉਹਦੇ ਬਾਅਦ ਥੋੜ੍ਹਾ ਜਿਹਾ ਮਾੜਾ ਜਿਹਾ ਸਾਥ ਦੇਣ ਲੱਗ ਗਿਆ, ਸਾਥ ਦੇਣ ਲੱਗ ਪਿਆ ਥੋੜ੍ਹਾ ਥੋੜ੍ਹਾ ਜਿਹਾ। ਉਹਦੇ ਬਾਅਦ ਫਿਰ ਜਦ ਲਵ ਯੂ ਟਰੱਕ ਭਰ ਕੇ ਹਿੱਟ ਹੋਇਆ, ਫਿਰ ਆਵੇ ਮਾੜਾ ਜਿਹਾ। ਇਹ ਲਵ ਯੂ ਟਰੱਕ ਭਰ ਕੇ, ਟਰੱਕ ਕਿੱਧਰੋਂ ਆਇਆ ਸੀ ਭਰਿਆ ਭਰਿਆ, ਮੈਨੂੰ ਦੱਸਿਓ ਮਾੜਾ ਜਿਹਾ। ਟਰੱਕ ਆਇਆ ਜੀ ਇਹ ਬਰਨਾਲੇ ਕਣੀ ਦੇ, ਬਰਨਾਲੇ ਕਣੀ ਆ ਤੁਹਾਡੇ ਤੱਕ ਕਿੱਦਾਂ ਪਹੁੰਚਿਆ ਇਹ ਬਰਨਾਲੇ? ਉਹ ਟੋਲ ਪਲਾਜ਼ੇ ਵਾ ਹੁੰਦੇ ਨਾਲ ਦੇ ਵਿੱਚ, ਇਸ ਲਾਈਨ ਦੇ ਵਿੱਚ ਤਾਂ ਉੱਦਾਂ ਟੋਲ ਪਲਾਜ਼ੇ ਵਾ ਹੋਏ ਹੋਏ। ਬਾਈ ਕੇ ਵੀ ਸਿੰਘ ਹੋਰਾਂ ਨੇ ਜਿਹੜਾ ਗਾਣਾ ਭੇਜਿਆ ਜਸ ਬਾਈ ਨੂੰ, ਠੀਕ ਹੈ ਜੀ, ਤੇ ਉਹਨਾਂ ਨੇ ਕਿਹਾ ਕਿ ਮੈਂ ਜਸ ਬਾਈ ਕਹਿੰਦੇ ਜਤਿੰਦਰ ਤੋਂ ਗਵਾ ਦਿੰਦਾ, ਤੇ ਮੈਨੂੰ ਇਹ ਗਾਣਾ, ਮੈਂ ਕਿਹਾ ਨਹੀਂ ਇਹ ਕਿਆ ਗਾਣਾ ਹੈ, ਕਰਦਿਆਂ ਨੇ ਵੀ ਕਹਿਣਾ ਅੱਗੇ ਨਹੀਂ ਸਪੋਰਟ ਕਰਦੇ ਉੱਤੇ ਲਵ ਯੂ ਟਰੱਕ ਵਾਲੇ ਮੁੰਡੇ ਦੇ ਗਾਣੇ ਗਾਉਂਦਾ ਫਿਰ। ਤੇ ਮੈਂ ਕਹੀ ਜਾ ਮੈਂ ਨਹੀਂ ਇਹ ਨਹੀਂ ਗਾਣਾ, ਮੈਂ ਬੜੀ ਦੁਖੀ ਜਾਊਗਾ ਗਾਇਆ, ਪਰ ਗਾਇਆ ਚਲੋ ਜਿੰਨਾ ਕੁ ਮੈਂ ਵਧੀਆ ਗਾ ਸਕਦਾ ਤਾ, ਤੇ ਬਾਕੀ ਮੈਂ ਕੋਸ਼ਿਸ਼ ਕਰੀ ਵੀ ਚੱਲ ਵਧੀਆ ਤਾਂ ਗਾਣਾ ਹੀ, ਮੈਨੂੰ ਗਾਣਾ ਕੋਈ ਪਸੰਦ ਨਹੀਂ ਤਾ। ਪਰ MP3 ਹਿੱਟ ਹੋ ਗਿਆ, ਵੀਡੀਓ ਤਾਂ ਬਾਅਦ ਚ ਕਰੀ, ਵੀਡੀਓ ਤਾਂ ਬਾਅਦ ਚ ਕਰੀ, ਕੁਛ ਨਹੀਂ ਪਤਾ ਜੀ ਕਿਆ ਚੱਲ ਪਣਾ ਅੱਜ ਕੱਲ੍ਹ, ਉਹ ਨਹੀਂ ਪਤਾ ਲੱਗਦਾ। ਤੇ ਜਦੋਂ ਘਰਦਿਆਂ ਨੇ ਗਾਣਾ ਸੁਣਿਆ, ਘਰਦਿਆਂ ਦੀ ਕੀ ਰਿਐਕਸ਼ਨ ਸੀਗੇ ਇਹ ਗਾਣਾ ਜਦੋਂ ਘਰਦਿਆਂ ਸੁਣਾਇਆ? ਮੰਮੀ ਪੁੱਛਿਆ ਪਹਿਲਾਂ ਵੀ ਇਹ ਗਾਣਾ ਕਰਨ ਲੱਗਾ ਜਾਂ ਜਦੋਂ ਹੋ ਗਿਆ ਉਦੋਂ ਬਾਅਦ ਦੱਸੇ ਉਹਨਾਂ ਨੂੰ? ਨਹੀਂ, ਘਰਦੇ ਮੇਰੇ ਗਾਣੇ ਨਹੀਂ ਸੁਣਦੇ। ਅੱਛਾ, ਸਾਡੇ ਗਾਣੇ ਵੀ ਨਹੀਂ ਸੁਣਦੇ? ਇਹ ਉਹਨਾਂ ਨੂੰ ਪਤਾ ਨਹੀਂ ਵੀ ਸਾਡੇ ਮੁੰਡੇ ਦੇ ਕਿਹੜੇ ਕਿਹੜੇ ਗਾਣੇ ਆਏ ਆ? ਉਹਨਾਂ ਨੂੰ ਕੋਈ ਇਹਨਾਂ ਦਾ ਉਹ ਨਹੀਂ ਹੈ ਇੰਟਰਸਟ, ਉਹਨਾਂ ਨੂੰ ਐਂ ਵੀ ਬਸ ਆਪਣਾ ਕਿਤਾ ਸੈੱਟ ਹੋ ਜਾਵੇ ਬਸ, ਤੇ ਸਿੰਗਿੰਗ ਲੈਣ ਜੋ ਜਮਾਂ ਚਾਹੇ ਆਪਣਾ ਜੋ ਕੰਮ ਕਰ। ਆਂਢੀ ਗੁਆਂਢੀ ਹੁਣ ਰਿਸ਼ਤੇਦਾਰ ਤਾਂ ਘਰਦਿਆਂ ਨੂੰ ਕੁਛ ਕਹਿੰਦੇ ਹੋਣਗੇ, ਮਤਲਬ ਤੁਹਾਡਾ ਮੁੰਡੇ ਦੇ ਗਾਣੇ ਆਉਂਦੇ ਜਾਂ ਇੱਦਾਂ ਆਉਂਦੇ, ਉਦੋਂ ਘਰਦੇ ਉਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਦੇ? ਖੁਸ਼ ਤਾਂ ਹੁੰਦੇ ਆ ਉਹ ਬਈ ਚੱਲ ਮੁੰਡੇ ਦਾ ਨਾਂ ਬਣ ਗਿਆ। ਭਾਜੀ ਜਿੱਦਾਂ ਹੁਣ ਤਾਂ ਤੁਸੀਂ ਇੰਟਰਨੈਸ਼ਨਲ ਸਿੰਗਰ ਹੋ ਗਏ, ਹੁਣ ਤਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਦੌਰੇ ਕਰਦਾ ਵੀ ਹੁਣ ਘਰਦੇ, ਹੁਣ ਤਾਂ ਮੈਂ ਕਹਿੰਦਾ ਵੀ ਪੂਰੀ ਸਪੋਰਟ ਕਰਨ ਲੱਗ ਪਿਆ, ਹੁਣ ਵੀ ਮੁੰਡਾ ਸਾਡਾ ਜਹਾਜ਼ਾਂ 'ਚ ਵੀ ਘੁੰਮਣ ਲੱਗ ਪਿਆ ਘਰਦਿਆਂ ਨੂੰ। ਘਰਦੇ ਦਾ ਜੀ ਮੈਂ ਜਦ ਕਿਹਾ, ਮੈਂ ਕਿਹਾ ਮੇਰੀ ਤਾਂ ਚੜ੍ਹਾਈ ਹੋ ਗਈ, ਚੜ੍ਹਾਈ ਹੋ ਗਈ, ਤਾਂ ਘਰਦੇ ਕਹਿੰਦੇ ਕਮਾਇਆ ਹੈ ਕੁਛ? ਨਹੀਂ ਨਹੀਂ ਇਹ ਤਾਂ ਗੱਲ ਹੈ ਭਾਜੀ, ਇਹ ਤਾਂ ਕਹਿੰਦੇ ਚੜ੍ਹਾਈ ਕੋਈ ਕੰਬਲ ਥੋੜ੍ਹਾ ਜਿਹੜਾ ਉੱਪਰ ਲਿਖਾ, ਬਹੁਤ ਵਧੀਆ ਗੱਲ ਆ।